ਪ੍ਰਾਈਮੇਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਵਾਲੀਆ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਦੇ ਵਿੱਚ ਇਸ ਵਕਤ ਦੀਆਂ ਖਬਰਾਂਾਂ ਦੇ ਉੱਪਰ ਗੱਲਬਾਤ ਕਰਨ ਲਈ ਪੰਨੂ ਸਾਹਿਬ ਇੱਕ ਵਾਰ ਫਿਰ ਆਪਣੇ ਨਾਲ ਨੇ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਜੀ ਪੰਨੂ ਸਾਹਿਬ ਇੱਕ ਗੱਲ ਸਮਝਾਓ ਕਿ ਪਾਰਲੀਮੈਂਟ ਦੇ ਵਿੱਚ ਇੱਕ ਐਨਆਈਏ ਦੀ ਹੋਰ ਮਜ਼ਬੂਤੀ ਦੇ ਲਈ ਬਿੱਲ ਲੈ ਕੇ ਆਏ ਆ ਇਮਤਸ਼ਾਹੀ ਤੇ ਉਹਦੇ ਲਈ ਉਹਨਾਂ ਨੂੰ ਇਹ ਵੀ ਕਹਿਣਾ ਪਿਆ ਕਿ ਜਿਹੜਾ ਅਸੀਂ ਜੋ ਵੀ ਅਧਿਕਾਰ ਦੇ ਰਹੇ ਇਹਨਾਂ ਨੂੰ ਮਿਸਯੂਜ਼ ਨਹੀਂ ਅਸੀਂ ਕਰਾਂਗੇ ਪਹਿਲਾਂ ਉਹਦਾ ਵਿਰੋਧ ਵੀ ਹੋਇਆ ਪਰ ਬਾਅਦ ਦੇ ਵਿੱਚ ਮੇਰੇ ਖਿਆਲ ਨਾਲ ਪਾਰੀ ਵੋਟਾਂ ਦੇ ਨਾਲ ਬਿੱਲ ਪਾਸ ਵੀ ਹੋ ਗਿਆ ਇਹ ਸਮਝਾਓ ਕਿ ਉਹ ਚੀਜ਼ ਕੀ ਆ ਤੇ ਉਹਦੀ ਲੋੜ ਕਿਉਂ ਪੈ ਗਈ ਦੇਖੋ 2008 ਵਿੱਚ ਮੁੰਬਈ 'ਚ ਗੁਰਪ੍ਰੀਤ ਜੀ ਸਭ ਤੋਂ ਵੱਡਾ دہشتਗਰਦ ਹਮਲਾ ਹੋਇਆ ਸੀ ਜਿਹਦੇ 'ਚ 6-7 ਦਿਨ ਲੜਾਈ ਚੱਲਦੀ ਰਹੀ ਜੀ ਪਾਕਿਸਤਾਨ ਤੋਂ ਅਤਵਾਦੀ ਆਏ ਸਨ 166 ਬੰਦੇ ਮਾਰੇ ਗਏ ਉਹਨਾਂ 'ਚ 16 ਵਿਦੇਸ਼ੀ ਸੀ ਜੀ ਅਮਰੀਕਾ ਦੇ ਵੀ ਸੀ ਇਜ਼ਰਾਈਲ ਦੇ ਵੀ ਸੀ ਉਸ ਹਮਲੇ ਤੋਂ ਬਾਅਦ ਪਹਿਲੀ ਵਾਰੀ ਭਾਰਤ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਇੱਕ ਏਜੰਸੀ ਕੇਂਦਰ ਦੀ ਇਹੋ ਜੀ ਚਾਹੀਦੀ ਹੈ ਜਿਹੜੀ ਸਿਰਫ ਤੇ ਸਿਰਫ ਅਤਵਾਦ ਦੇ ਕੇ ਸਾਨੂੰ ਡੀਲ ਕਰੇ ਉਦੋਂ ਤੱਕ ਇਹ ਏਜੰਸੀ ਨਹੀਂ ਸੀ ਹੁੰਦੀ ਜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਾਂ NIA ਉਦੋਂ ਪਹਿਲੀ ਵਾਰ ਬਣਾਈ ਗਈ ਇਹ ਜਿਹੜੀ ਹੈ ਕੰਮ ਕਰਦੀ ਰਹੀ ਇਹਦੇ ਕੋਲ ਅਧਿਕਾਰ ਇਹ ਸਨ ਕਿ ਕਿਸੇ ਵੀ ਸੂਬੇ 'ਚ ਕੋਈ ਵਾਰਦਾਤ ਜੇ ਹੋਵੇ ਜੇ ਥੋੜਾ ਜਿਹਾ ਸ਼ੱਕ ਵੀ ਪੈਂਦਾ ਤੇ ਅਤਵਾਦ ਨਾਲ ਜੁੜਦੀ ਹੈ ਇਹ ਜਾ ਕੇ ਸਿੱਧਾ ਉਹਨੂੰ ਆਪਣੇ ਤੌਰ ਤੇ ਜਾਂਚ ਉਹਦੀ ਆਪਣੇ ਅਖਤਿਆਰ ਚ ਲੈ ਸਕਦੇ ਆ ਜੀ ਇਹਦੇ باوجود ਕੁਝ ਅਧਿਕਾਰ ਦਿੱਤੇ ਗਏ ਸਨ ਰਾਜ ਸਰਕਾਰਾਂ ਨੂੰ ਕਿ ਤੁਸੀਂ ਕੁਝ ਮਾਮਲੇ ਚ ਰੋਕ ਵੀ ਸਕਦੇ ਆ ਉਹਦੀ ਇੱਕ ਮਿਸਾਲ ਇਹ ਸੀ ਕਿ ਦਿਨਾ ਨਗਰ ਦੇ ਥਾਣੇ ਤੇ ਹਮਲਾ ਹੋਇਆ ਪੰਜਾਬ ਚ ਜੀ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਨਹੀਂ ਸਾਡੇ ਆਪਣੇ ਸੰਭਾਲਣਗੇ ਸਭ ਕੁਝ ਇਹਨਾਂ ਨੇ ਜਿਸ ਤਰ੍ਹਾਂ ਕੀਤਾ ਉਹਦੇ ਚ ਨੁਕਸਾਨ ਵੱਧ ਹੋ ਗਿਆ ਸੀ ਇਦਾਂ ਇੱਕ ਦੋ ਸੂਬੇ ਹੋਰਾਂ ਚ ਵੀ ਫਿਰ ਸਮਝਿਆ ਗਿਆ ਕਿ ਇਹ ਤਰੀਕਾ ਗਲਤ ਹੈ ਐਨਆਈਏ ਨੂੰ ਆਪਣਾ ਕੰਮ ਕਰਨ ਦਿਓ ਜਦੋਂ ਪਠਾਨਕੋਟ 에ਅਰਫੋਰਸ ਸਟੇਸ਼ਨ ਤੇ ਹਮਲਾ ਹੋਇਆ ਤੇ ਪੰਜਾਬ ਸਰਕਾਰ ਉਦੋਂ ਵੀ ਕਾਲੀ ਭਾਜਪਾ ਦੀ ਸੀ ਇਹਨਾਂ ਨੇ ਇੱਕ ਮਿੰਟ ਨਹੀਂ ਲਾਇਆ ਉਸ ਜਿਹੜੇ ਐਨਆਈਏ ਨੂੰ ਆਖਿਆ ਜੀ ਤੁਸੀਂ ਆ ਕੇ ਸੰਭਾਲ ਲਓ ਜੀ ਇਹ ਫਰਕ ਪੈਂਦਾ ਹੁਣ ਜਦੋਂ ਉੱਥੇ ਪਾਰਲੀਮੈਂਟ ਦੇ ਵਿੱਚ ਨਵੇਂ ਸਿਰਿਓਂ ਸੋਮਵਾਰ ਨੂੰ ਲਿਆ ਕੇ ਲੋਕ ਸਭਾ ਚਿੱਤ ਤੇ ਬਹਿਸ ਕਰਵਾਈ ਗਈ ਤੇ ਬਹਿਸ ਤੋਂ ਬਾਅਦ ਇਹਨੂੰ ਪਾਸ ਕੀਤਾ ਗਿਆ। ਉਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਐਨਆਈਏ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਜੀ। ਇਹ ਏਜੰਸੀ ਅਤਵਾਦ ਦੇ ਖਿਲਾਫ ਕਾਰਵਾਈ ਕਰਨ ਵਾਲੀ ਹੈ। ਰਾਜਨੀਤੀ ਤੋਂ ਉੱਪਰ ਉੱਠ ਕੇ ਕਰੀਏ। ਇਹਦੇ ਅਧਿਕਾਰ ਖੇਤਰ ਵਿੱਚ ਕਈ ਚੀਜ਼ਾਂ ਵਧਾ ਦਿੱਤੀ। ਇੱਥੋਂ ਤੱਕ ਕਹਿਤਾ ਕਿ ਇਹ ਏਜੰਸੀ ਹੁਣ ਦੇਸ਼ ਤੋਂ ਬਾਹਰ ਦੂਜੇ ਦੇਸ਼ਾਂ ਵਿੱਚ ਜਾ ਕੇ ਵੀ ਜਾਂਚ ਕਰ ਸਕਦੀ ਹੈ। ਜੀ। ਇਹ ਜਿੱਥੇ ਇੱਕ ਸਵਾਲ ਉੱਠਦਾ ਕਿ ਦੂਜੇ ਦੇਸ਼ਾਂ ਵਾਲੇ ਆਪਣੇ ਅਧਿਕਾਰ ਖੇਤਰ ਚ ਆਪਣੇ ਦੇਸ਼ ਦੇ ਵਿੱਚ ਇਹਨੂੰ ਜਾਂਚ ਕਿਉਂ ਕਰਨ ਦੇਣਗੇ ਜੀ ਇਹਦੀ ਜਾਂਚ ਉੱਥੋਂ ਦੇ ਦੇਸ਼ਾਂ ਦੀ ਜਿਹੜੀ ਸਰਕਾਰ ਆ ਉਹਦੇ ਪ੍ਰਬੰਧਨ ਨੂੰ ਕਿਸੇ ਤਰੀਕੇ ਪ੍ਰਭਾਵਿਤ ਨਹੀਂ ਕਰੋ ਇਹ ਆਪਣੇ ਕੋਲ ਇੱਕ ਕੇਸ ਦਰਜ ਕਰੇਗੀ ਉੱਥੇ ਜਾ ਕੇ ਪੜਤਾਲ ਕਰੇਗੀ ਉਹਦੀ ਰਿਪੋਰਟ ਲਿਆ ਕੇ ਭਾਰਤ ਸਰਕਾਰ ਨੂੰ ਦੇਵੇਗੀ ਅੱਗੇ ਭਾਰਤ ਵੱਲੋਂ ਦੁਨੀਆ ਦੀ ਸਾਂਝੀ ਪੁਲਿਸ ਇੰਟਰਪੋਲ ਨਾਲ ਸੰਪਰਕ ਕਰਨ ਦਾ ਕੰਮ ਸਿਰਫ ਸੀਬੀਆਈ ਕਰਦੀ ਸੀ ਜੀ ਅੱਜਕਲ ਸੀਬੀਆਈ ਤੇ ਐਨਆਈਏ ਦੋਵਾਂ ਨੂੰ ਇਹ ਅਧਿਕਾਰ ਦਿੱਤਾ। ਅਮਰੀਕਾ ਦੀ ਐਫਬੀਆਈ ਕੁਝ ਕੇਸਾਂ ਦੀ ਪੜਤਾਲ ਕਰਨ ਵਾਸਤੇ ਭਾਰਤ ਵਿੱਚ ਆ ਸਕਦੀ ਹੈ ਤੇ ਉਸੇ ਤਰ੍ਹਾਂ ਐਨਆਈਏ ਵੀ ਉੱਥੇ ਜਾ ਸਕਦੀ ਹੈ। ਪਰ ਜੋ ਕੁਝ ਇਸ ਵੇਲੇ ਹੋ ਰਿਹਾ ਇਹਦੇ ਵਿੱਚ ਲਿਖਿਆ ਇਹ ਹੈ ਕਿ ਕਿਸੇ ਦੂਸਰੇ ਦੇਸ਼ ਵਿੱਚ ਭਾਰਤ ਦੇ ਖਿਲਾਫ ਜਾਂ ਕਿਸੇ ਭਾਰਤੀ ਨਾਗਰਿਕ ਦੇ ਖਿਲਾਫ ਕੋਈ ਸਾਰੀਸ਼ ਹੁੰਦੀ ਹੈ, ਕੋਈ ਅਤਵਾਦੀ ਕਿਸਮ ਦੀ ਘਟਨਾ ਵਾਪਰਦੀ ਹੈ, ਉਹਦੇ ਵਾਸਤੇ ਐਨਆਈਏ ਉੱਥੋਂ ਤੱਕ ਵੀ ਜਾ ਸਕਦੀ ਹੈ। ਜੀ। ਇਨ ਜਿਹੜਾ ਪਾਸ ਕਰਨਾ ਸੀ ਤੇ ਪਾਸ ਤਾਂ ਹੋ ਗਿਆ ਬਹੁਤ ਤਗੜੀ ਬਹੁਤ ਸੰਤਿਉ ਨੇ ਮਿਲੀ 278 ਜਣਿਆਂ ਨੇ ਇਹਦੇ ਪੱਖ ਵਿੱਚ ਵੋਟਾਂ ਪਾਈਆਂ ਤੇ ਸਿਰਫ 6 ਜਣਿਆਂ ਨੇ ਇਹਦੇ ਖਿਲਾਫ ਪਾਈਆਂ ਬਾਕੀ ਗੈਰ ਹਾਜ਼ਰ ਸਨ ਜੀ ਪਾਸ ਤਾਂ ਹੋ ਗਿਆ ਪਰ ਉਸ ਮੌਕੇ ਤੇ ਅੰਦਰ ਬਹਿਸ ਵਿੱਚ ਕੁਝ ਗੱਲਾਂ ਆਈਆਂ ਕਿ ਇਹਦੀ ਦੁਰਵਰਤ ਤੋਂ ਵੀ ਹੋ ਸਕਦੀ ਹੈ ਜਦੋਂ ਕਿਸੇ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਦੇ ਹੋ ਇਨਾ ਮਜ਼ਬੂਤ ਕਰਦੇ ਹੋ ਕਿ ਉਹ ਨਹੀਂ ਛੇਤੀ ਕਿਤੇ ਕੋਈ ਪੁੱਛ ਨਾ ਸਕੇ ਤੇ ਉਹਦੀ ਦੁਰਵਰਤ ਤੋਂ ਦੇ ਚਾਂਸ ਰਹਿੰਦੇ ਆ ਮੌਕੇ ਰਹਿੰਦੇ ਆ ਜੀ ਗ੍ਰਹਿ ਮੰਤਰੀ ਨੇ ਆਖਿਆ ਜੀ ਇਹ ਨਹੀਂ ਹੋ ਗੇ ਦੂਜਿਆਂ ਨੇ ਆਖਿਆ ਜੀ ਪਹਿਲਾਂ ਕੁਝ ਹੋਰ ਚੀਜ਼ਾਂ ਦੀ ਵੀ ਹੁੰਦੀ ਰਹੀ ਹੈ ਗ੍ਰਹਿ ਮੰਤਰੀ ਨੇ ਆਖਿਆ ਜੀ ਟਾਡਾ ਜਿਹੜਾ ਸੀ ਉਹਦੀ ਦੁਰਵਰਤੋਂ ਨਹੀਂ ਹੋਈ ਤੇ ਉਹਦੇ ਖਿਲਾਫ ਰੌਲਾ ਪਾਇਆ ਗਿਆ ਬੰਦ ਕਰਾ ਦਿੱਤਾ ਫਿਰ ਪੋਟਾ ਆਇਆ ਉਹਦੀ ਕੋਈ ਦੁਰਵਰਤੋਂ ਨਹੀਂ ਹੋਈ ਉਹਨੂੰ ਬੰਦ ਕਰਾ ਦਿੱਤਾ ਰਾਜਸੀ ਕਾਰਨਾ ਕਰਕੇ ਬੰਦ ਕਰਾਇਆ ਜੀ ਇਹਦੇ ਵਿੱਚੋਂ ਥੋੜੀ ਜਿਹੀ ਚੁਸਤੀ ਕਰਕੇ ਫਸ ਰਿਹਾ ਟਾਡਾ ਜਿਹੜਾ ਉੱਥੇ ਬਹੁਤ ਪੁਰਾਣਾ ਚੱਲਦਾ ਸੀ ਟੈਰਰਿਸਟ ਐਂਡ ਡਿਸਟਰਪਟਿਵ ਐਕਟੀਵਿਟੀਜ਼ ਐਕਟ ਜਿਹੜਾ ਸੀ ਉੱਥੇ ਪੰਜਾਬ ਵਿੱਚ ਵੀ ਲਾਗੂ ਹੁੰਦਾ ਰਿਹਾ ਜੰਮੂ ਕਸ਼ਮੀਰ ਵੀ ਬਾਕਰ ਥਾਵਾਂ ਤੇ ਵੀ ਜੀ ਰੌਲਾ ਪੈਂਦਾ ਸੀ ਕਿ ਇਹਦੀ ਦੁਰਵਰਤੋਂ ਹੁੰਦੀ ਹੈ ਤੇ ਜਦੋਂ ਸਰਕਾਰ ਨੇ ਉਹ ਰੱਦ ਕੀਤਾ ਉਦੋਂ ਭਾਜਪਾ ਵਾਲੇ ਨਹੀਂ ਬੋਲੇ ਭਾਜਪਾ ਵਾਲੇ ਤੇ ਰੱਦ ਕਰਨ ਵਾਲੇ ਦੇ ਨਾਲ ਸਹਿਮਤ ਸਨ ਜੀ ਫਿਰ ਵਾਜਪਾਈ ਸਰਕਾਰ ਨੇ ਇੱਕ ਨਵਾਂ ਕਾਨੂੰਨ ਲਿਆਂਦਾ ਪੋਟਾ ਪ੍ਰੀਵੈਂਸ਼ਨ ਆਫ ਟੈਰਰਿਸਟ ਐਕਟੀਵਿਟੀਜ਼ ਐਕਟ ਜਦੋਂ ਪੋਟਾ ਆਇਆ ਤੇ ਬਾਕੀ ਪਾਰਟੀਆਂ ਨੇ ਆਖਿਆ ਜੀ ਜਿਸ ਤਰ੍ਹਾਂ ਦਾ ਤੁਸੀਂ ਬਣਾ ਰਹੇ ਹੋ ਇਹ ਪੋਟਾ ਬਣਾ ਕੇ ਤੁਸੀਂ ਅਪਰਾਧੀਆਂ ਨੂੰ ਫੜਨਾ ਕਿ ਸਿਆਸੀ ਵਿਰੋਧੀਆਂ ਦੇ ਪੋਟੇ ਕੱਟਨੇ ਆ ਜੀ ਇਹ ਤੇ ਬਹਿਸ ਉਦੋਂ ਹੀ ਚੱਲ ਪਈ ਸੀ ਇਹ ਦੋਵੇਂ ਕਾਨੂੰਨਾਂ ਦੀ ਦੁਰਵਰਤੋਂ ਵੀ ਹੁੰਦੀ ਰਹੀ ਆ ਬਾਅਦ ਵਿੱਚ ਡਾਕਟਰ ਮਰਮੋਣ ਸਿੰਘ ਦੀ ਸਰਕਾਰ ਆਈ ਉਹਨਾਂ ਨੇ ਪੋਟਾ ਖਤਮ ਕਰਤਾ ਹਾਂਜੀ ਪਰ ਡਾਕਟਰ ਮਰਮੋਣ ਸਿੰਘ ਦੀ ਸਰਕਾਰ ਨੇ ਐਨਆਈਏ ਬਣਾਤੀ ਜਦੋਂ ਐਨਆਈਏ ਬਣੀ ਉਦੋਂ ਭਾਜਪਾ ਦੇ ਲੀਡਰ ਵਿਰੋਧ ਕਰਦੇ ਸਨ ਨਰਿੰਦਰ ਮੋਦੀ ਵੀ ਸਹਿਮਤ ਨਹੀਂ ਸੀ ਹੋ ਰਹੇ ਖਾਸ ਤੌਰ ਤੇ ਇਸ ਗੱਲ ਲੜ ਕੇ ਰਾਜਾਂ ਦੇ ਅਧਿਕਾਰ ਖੇਤਰ ਤੇ ਇਹ ਕਹਿੰਦੇ ਸੀ ਛੱਪਾ ਕੇਂਦਰ ਸਿੱਧਾ ਸਾਡੇ ਰਾਜਾਂ ਦੇ ਕੰਮ 'ਚ ਦਖਲ ਦੇਊਗਾ ਜੀ ਤੇ ਕੇਂਦਰ ਨੇ ਆਖਿਆ ਜਿੱਥੇ ਲੋੜ ਪਈ ਅਤਵਾਦ ਦਾ ਸਵਾਲ ਹੋਇਆ ਦਿਆਂਗੇ ਬਾਕੀ ਨਹੀਂ ਦਿਆਂਗੇ ਐਸ ਵੇਲੇ ਉਹ ਐਨਆਈਏ ਇਹਨਾਂ ਦੇ ਹੱਥਾਂ 'ਚ ਇਹ ਤੇ ਆਧਾਰ ਕਾਰਡ ਨੂੰ ਵੀ ਫਰਾਡ ਕਾਰਡ ਕਹਿੰਦੇ ਸੀ ਜੀ ਪਰ ਜਦੋਂ ਇਹਨਾਂ ਦੀ ਵਾਰੀ ਆ ਗਈ ਤੇ ਇਹ ਕਹਿੰਦੇ ਆਧਾਰ ਕਾਰਡ ਹੀ ਸਭ ਕੁਝ ਹੈ ਜੀ ਉਦੋਂ ਐਨਆਈਏ ਦਾ ਵਿਰੋਧ ਕਰਦੇ ਸੀ ਹੁਣ ਐਨਆਈਏ ਦੀ ਇਹ ਹਮਾਇਤ ਕਰਦੇ ਪਿਆ ਜਿੱਥੇ ਵੀ ਅਸੀਂ ਪਹੁੰਚ ਗਏ ਹਾਂ ਇੱਥੇ ਜਾ ਕੇ ਐਨਆਈਏ ਨੂੰ ਅਧਿਕਾਰ ਵੱਧ ਦੇਣੇ ਕੋਈ ਗਲਤ ਨਹੀਂ ਦੂਸਰੇ ਦੇਸ਼ਾਂ ਤੱਕ ਜਾਣ ਦਾ ਦਿੱਤਾ ਚਲੋ ਉਹ ਵੀ ਦੇ ਦਿਓ ਪਰ ਇਹ ਖਿਆਲ ਰੱਖਣਾ ਪਏਗਾ ਕਿ ਇਹਦੀ ਦੁਰਵਰਤੋਂ ਸਿਆਸੀ ਲੋੜਾਂ ਵਾਸਤੇ ਨਾ ਕੀਤੀ ਜਾ ਸਕੇ ਨਾ ਦੇਸ਼ ਦੇ ਅੰਦਰ ਨਾ ਬਾਹਰ ਇਹਨੂੰ ਸਿਆਸਤ ਤੋਂ ਉੱਪਰ ਠਕ ਕੇ ਦੇਸ਼ਿਤ ਤੇ ਮਨੁੱਖੀ ਹਿਤ ਵਾਸਤੇ ਵਰਤਿਆ ਜਾਵੇ ਫਿਰ ਠੀਕ ਹੈ ਜੀ ਚਲੋ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਆਪਨ ਸਾਹਿਬ ਪਾਰੇ ਗੱਲ ਸਮਝਾਓ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਤੇ ਅੱਗੇ ਬੜਾ ਰੌਲਾ ਆ ਪਰ ਹੁਣ ਇੱਕ ਖਬਰੇ ਵੀ ਹੈ ਕਿ ਪੰਜਾਬ ਸਰਕਾਰ ਨੇ ਜ਼ਿਲ੍ਹਾਵਾਰ ਅਫੀਮ ਦਾ ਕੋਟਾ ਨਿਰਧਾਰਤ ਕਰ ਦਿੱਤਾ ਜੀ ਹੁਣ ਇਹ ਗੱਲ ਬੜੀ ਹੈਰਾਨਗੀ ਵਾਲੀ ਆ ਵੀ ਅੱਗੇ ਤਾਂ ਪੰਜਾਬੀ ਵਿਚਾਰੇ ਨਸ਼ੇ ਦੀ ਮਾਰਚ ਨੇ ਤੇ ਉੱਤੋਂ ਸਰਕਾਰ ਹੀ ਜੇ ਮਤਲਬ ਕੋਟਾ ਨਿਰਧਾਰਤ ਕਰੇ ਵੀ ਜ਼ਿਲ੍ਹਾਵਾਰ ਤੇ ਉਹ ਕੀ ਕਹਾਣੀਆਂ ਥੋੜਾ ਟੈਕਨੀਕਲ ਹੁੰਡੀ ਕੀ ਉਹ ਸਮਝਾਓ ਅਸਲ ਗੱਲ ਇਹ ਆ ਕਿ ਬਹੁਤ ਸਾਰੇ ਲੋਕਾਂ ਨੂੰ ਅਸਲ ਸਥਿਤੀ ਦਾ ਪਤਾ ਨਹੀਂ ਇਸੇ ਕਰਕੇ ਲੋਕ ਹੈਰਾਨ ਹੋ ਗਏ ਅੰਗਰੇਜ਼ਾਂ ਦੇ ਵੇਲੇ ਤੋਂ ਇਹ ਸਿਸਟਮ ਆ ਕਿ ਕੌਸਿਡਿਟੀਆਂ ਦਵਾਈਆਂ ਵਾਲੀਆਂ ਕੰਪਨੀਆਂ ਨੇ ਦਵਾਈ ਚ ਅਫੀਮ ਪੈਂਦੀ ਉਹਨਾਂ ਵਾਸਤੇ ਅਫੀਮ ਦਾ ਕੋਟਾ ਜਾਰੀ ਹੁੰਦਾ ਸੀ ਜੀ ਕੁਝ ਇਹੋ ਜਿਹੇ ਮਰੀਜ਼ ਹੁੰਦੇ ਆ ਜਿਨ੍ਹਾਂ ਨੂੰ ਟੀਕਾ ਵੀ ਨਸ਼ੇ ਵਾਲਾ ਲਾਉਣਾ ਪੈਂਦਾ ਉਹਦੇ ਮਰੀਜ਼ਾਂ ਵਾਸਤੇ ਕੁਝ ਮਰੀਜ਼ ਇਹੋ ਜਿਹੇ ਜਿਹੜੇ ਲੰਮੇ ਸਮੇਂ ਤੋਂ ਖਾਂਦੇ ਆ ਰਹੇ ਸੀ ਡਾਕਟਰ ਨੂੰ ਪਤਾ ਲੱਗਾ ਅਸ਼ਦਾ ਦਿੱਤੀ ਪਰ ਬਾਅਦ ਵਿੱਚ ਉਹਨਾਂ ਸਮਝਿਆ ਕਿ ਤੇ ਹੱਡਾਂ ਚ ਰਲ ਚੁੱਕੇ ਇਹਦੇ ਲਈ ਕੋਟਾ ਦੇਣਾ ਪੈਣਾ ਉਹ ਵੀ ਬਹੁਤ ਪੁਰਾਣਾ ਚਲਦਾ ਆ ਰਿਹਾ ਸੀਗਾ ਤੇ ਉਹਦੇ ਵਾਸਤੇ ਬਕਾਇਦਾ ਸਿਵਲ ਸਰਜਨ ਜਿਹੜਾ ਜ਼ਿਲ੍ਹੇ ਦਾ ਸਭ ਤੋਂ ਵੱਡਾ ਹੈਲਥ ਡਿਪਾਰਟਮੈਂਟ ਦਾ ਅਫਸਰ ਹੁੰਦਾ ਉਹਦੇ ਦਫ਼ਤਰ ਵਿੱਚ ਲਿਸਟਾਂ ਬਣਦੀਆਂ ਸਨ ਡਾਕਟਰ ਰეკਮੈਂਡ ਕਰਦੇ ਸੀ ਕਿ ਐਸ ਬੰਦੇ ਨੂੰ ਇੰਨੇ ਕੋਟੇ ਦੀ ਲੋੜ ਹੈ ਤੇ ਲਗਾਤਾਰ ਜਾਰੀ ਕੀਤਾ ਜਾਵੇ ਜੀ ਤੁਸੀਂ ਹੁਣ ਕੇ ਹੈਰਾਨ ਹੋਵੋਗੇ ਕਿ ਬਿਆਨ ਸਿੰਘ ਮੁੱਖ ਮੰਤਰੀ ਸੀ ਪੰਜਾਬ ਦਾ ਉਹਦੀ ਸਰਕਾਰ ਦੇ ਦੌਰਾਨ ਇੱਕ ਮੰਤਰੀ ਸੀਗਾ ਕੈਬਨਿਟ ਮੰਤਰੀ ਜੀ ਉਹਦਾ ਕੋਟਾ ਜਾਰੀ ਹੋਇਆ ਸੀ ਹਰ ਮਹੀਨੇ ਜਾ ਕੇ ਤੇ ਜਾਂ ਉਹ ਸਿਵਲ ਸਜਨ ਦੇ ਦਫ਼ਤਰ ਚੋਂ ਦਸ ਕੇ ਕਰਕੇ ਕੋਟਾ ਲਿਆਉਂਦਾ ਸੀ ਜਾਂ ਫੋਨ ਕਰ ਦਿੰਦਾ ਤੇ ਉਹ ਉੱਥੋਂ ਇੱਕ ਡਾਕਟਰ ਨੂੰ ਭੇਜ ਦਿੰਦੇ ਸੀ ਉਹਦਾ ਕੋਟਾ ਘਰ ਆ ਕੇ ਦੇ ਜਾਂਦੇ ਸੀ ਉਹਨੂੰ ਵੀ ਜਾਰੀ ਸੀ ਅੱਛਾ ਮੰਤਰੀ ਸਾਹਿਬ ਲਈ ਫੀਮ ਜਾਂਦੀ ਮੰਤਰੀ ਸਾਹਿਬ ਸੀ ਅੱਛਾ ਉਹਨਾਂ ਵਾਸਤੇ ਕਿਉਂਕਿ ਡਾਕਟਰ ਨੇ ਰეკਮੈਂਡ ਕੀਤਾ ਸੀ ਕਿ ਇਹਨੂੰ ਕੋਟਾ ਚਾਹੀਦਾ ਹਮਮ ਔਰ ਸਿਰਫ ਕੋਟਾ ਨਹੀਂ ਚਾਹੀਦਾ ਬਾਜ਼ਾਰ ਤੋਂ ਵੀ ਮਿਲ ਸਕਦੀ ਹੈ ਉੱਥੋਂ ਸ਼ੁੱਧ ਚਾਹੀਦੀ ਹੈ ਫੀਮ ਉਹ ਸ਼ੁੱਧ ਫੀਮ ਦਾ ਕੋਟਾ ਹੁੰਦਾ ਸੀ ਅੱਛਾ ਜਿਲ੍ਹੇ ਦੇ ਵਿੱਚ ਕਿਤੇ 20 ਲੱਖ ਦੇ ਵੱਧ ਦੀ ਇਹ ਜ਼ਿਲ੍ਹੇ ਦੀ ਕਿਤੇ 8 ਲੱਖ ਦੀ ਕਿਤੇ 40 ਲੱਖ ਦੀ ਵੀ ਹੈ ਪਰ ਆਮ ਤੌਰ ਤੇ ਇੱਕ ਜ਼ਿਲ੍ਹੇ ਚ 25 30 20 ਕਈਆਂ ਚ 5 7 ਮਸਾਂ ਇਹੋ ਜਿਹੇ ਬੰਦੇ ਹੁੰਦੇ ਜਿਹਨਾਂ ਕੋਟਾ ਦਾ ਕੋਈ ਜ਼ਿਲ੍ਹੇ ਚ ਇੱਕ ਵੀ ਨਹੀਂ ਆ ਜੀ ਇਸ ਵਾਰੀ ਕੋਟਾ ਜੋ ਜਾਰੀ ਹੋਇਆ ਤੇ ਨਾਲ ਇੱਕ ਗੱਲ ਦੀ ਚਰਚਾ ਚੱਲੀ ਉਹ ਇਹ ਕਿ ਅੰਮ੍ਰਿਤਸਰ ਵਾਸਤੇ ਕੁਝ ਲੋੜ ਤੋਂ ਵੱਧ ਕੋਟਾ ਜਾਰੀ ਹੋ ਗਿਆ ਜਲੰਧਰ ਲਈ ਵੀ ਇਹ ਗੱਲ ਪਹਿਲਾਂ ਇੱਕ ਵਾਰੀ 12 13 ਸਾਲ ਪਹਿਲਾਂ ਵੀ ਚੱਲੀ ਸੀ ਜੀ ਉਦੋਂ ਇਹ ਸੀ ਕਿ ਅੰਮ੍ਰਿਤਸਰ ਦੀਆਂ ਦੋ ਫੈਕਟਰੀਆਂ ਨੂੰ ਲੋੜ ਤੋਂ ਵੱਧ ਕੋਟਾ ਦਿੱਤਾ ਗਿਆ ਸੀ। ਜੀ ਕਿ ਉਦੋਂ ਵੀ ਰੌਲਾ ਪਿਆ ਸੀ। ਜਦੋਂ ਵੀ ਕੋਟਾ ਜਾਰੀ ਕਰਨਾ ਹੁੰਦਾ ਤੇ ਜਿਹੜੇ ਅਫਸਰਾਂ ਨੇ ਕਰਨਾ ਆਖਰਕਾਰ ਅਫੀਮ ਬਾਜ਼ਾਰ ਵਿੱਚ ਬਹੁਤ ਮਹਿੰਗੀ ਵਿਲਦੀ ਹੈ ਥੋ ਸਸਤੀ ਮਿਲਣੀ ਹੈ। ਜੀ ਔਰ ਉਹ ਸਸਤੀ ਮਿਲੀ ਜਿਹੜੀ ਆ ਜਿੰਨੀ ਉੱਥੇ ਦਵਾਈਆਂ ਵਾਸਤੇ ਲੋੜ ਨਹੀਂ ਉਦੋਂ ਵੱਧ ਜੇ ਕੋਟਾ ਮਿਲ ਜਾਵੇ ਤੇ ਉਹ ਕਿਸੇ ਨੇ ਮੁੜ ਕੇ ਬ੍ਰੇਕਫਾਸਟ ਵਿੱਚ ਪਲੇਟ ਦੇ ਉੱਤੇ ਥੋੜਾ ਰੱਖ ਲੈਣੀ ਆ। ਜੀ ਉਹ ਫਿਰ ਮਾਰਕੀਟ 'ਚ ਜਾਣੀ ਆ ਤੇ ਉਹ ਮਾਰਕੀਟ ਉਹਦੇ ਕੋਈ ਬਾਜ਼ਾਰ ਵਿੱਚ ਓਪਨ ਮਾਰਕੀਟ ਤਾਂ ਹੈ ਹੀ ਨਹੀਂ ਲੁਕਵੀ ਮਾਰਕੀਟ ਹੀ ਆ ਉਹਦੇ ਪੈਸੇ ਫਿਰ ਵੱਟੇ ਜਾ ਸਕਦੇ ਆ ਬਲਕਿ ਉਹਨੂੰ ਦੁੱਗਣੀ ਕਰਕੇ ਵੀ ਵਟੇ ਜਾ ਸਕਦੇ ਥੋੜਾ ਵਿੱਚ ਮਿਲਾਵਟ ਕਰਕੇ ਵੀ ਇਹ ਵੀ ਕੰਮ ਚੱਲਦਾ ਐਸ ਵਾਰੀ ਜਦੋਂ ਪੰਜਾਬ ਸਰਕਾਰ ਨੇ ਕੋਟਾ ਜਾਰੀ ਕੀਤਾ ਪੰਜਾਬ ਸਰਕਾਰ ਦੇ ਉਸ ਸੰਬੰਧਿਤ ਵਿਭਾਗ ਨੇ ਜੀ ਬੜੇ ਲੋਕਾਂ ਨੂੰ ਅਜੀਬ ਜਿਹਾ ਲੱਗਾ ਕਿ ਸਰਕਾਰਾਂ ਵੀ ਕੋਟੇ ਜਾਰੀ ਕਰਦੀਆਂ ਔਰ ਇਹ ਸਰਕਾਰ ਕੱਲੀ ਪੰਜਾਬ ਦੀ ਨਹੀਂ ਜਾਰੀ ਕਰਦੀ ਬਾਕੀ ਸੂਬਿਆਂ ਦੀਆਂ ਸਰਕਾਰਾਂ ਵੀ ਜਾਰੀ ਕਰਦੀਆਂ ਨੁਕਸ ਇਸ ਗੱਲ ਵਿੱਚ ਹੈ ਕਿ ਜਦੋਂ ਵੀ ਇਹ ਕੋਟਾ ਜਾਰੀ ਕੀਤਾ ਜਾਂਦਾ ਜਾਰੀ ਕਰਨ ਲੱਗਿਆ ਇਹ ਨਹੀਂ ਵੇਖੇਂਦਾ ਲੋਡ ਕਿੰਨੇ ਆ ਕਿਹੜੇ ਪਾਸੇ ਦੀ ਆ ਕੋਟਾ ਕੀ ਦਾ ਕਿੰਨਾ ਬਲਕਿ ਉਹਦੀ ਥਾਂ ਦੇ ਉੱਤੇ ਪੇਕਣ ਚੁੱਜ ਚਲਦੀ ਕਿ ਫਲਾਨਾ ਕਾਰਖਾਨਾ ਉਹਦੇ ਕੋਲ ਇੰਨੇ ਕੁ ਦੇ ਉਹਦੀ ਸਮਰੱਥਾ ਚਲੋ ਇੰਨਾ ਘੋੜ ਦੇ ਦਿਓ ਉਹ ਉਨੀ ਵੱਧ ਦਵਾਈ ਬਣਾ ਕੇ ਵੇਚ ਲੇਗਾ ਕੁਝ ਥੋੜਾ ਬਹੁਤ ਇਸ ਬਨੇ ਇਹੇਠਾ ਉੱਤਾ ਵੀ ਹੋ ਜਾਂਦਾ ਇਹ ਅਸੀਂ ਬਿਲਕੁਲ ਨਾ ਮੰਨੀਏ ਕੇ ਸਰਕਾਰ ਦੇ ਕਾਰਵਾਈ ਜਿਹੜੀ ਆ ਐ ਇਨ ਬਿਨਸਾਫ ਸੁਥਰੀ ਆ ਸਰਕਾਰਾਂ ਦੇ ਵਿੱਚ ਸਾਨੂੰ ਪਤਾ ਜਿੱਦਾਂ ਦੇ ਲੋਕ ਬੈਠੇ ਹੋਏ ਆ ਇੱਥੇ ਜੇ ਲੁੱਕ ਬਜਰੀ ਰੇਤ ਹਰ ਚੀਜ਼ ਦਾ ਕੋਟਾ ਵਿਕ ਰਿਹਾ ਜੇ ਜਿਹੜੀ ਗਰੀਬਾਂ ਵਾਸਤੇ ਆਈ ਕਣਕ ਉਹ ਚੱਕੀਆਂ ਵਾਲਿਆਂ ਨੂੰ ਵਿਕ ਰਹੀ ਆ ਹਰ ਚੀਜ਼ ਜਦੋਂ ਵਿਗਦੀ ਪਈ ਆ ਇਮਾਨਦਾਰੀ ਵੀ ਵਿਗਦੀ ਪਈ ਆ ਅੱਬ ਅੱਜ ਹੀ ਤੇ ਖਬਰ ਆਈ ਹੈ ਕਿ ਸਾਡੇ ਡਰੱਗ ਸਟੋਰ ਦਵਾਈਆਂ ਦੀਆਂ ਦੁਕਾਨਾਂ ਜਿਹੜਾ ਉੱਥੇ ਕਿੰਨਾ ਸਾਰਾ माल ਗਿਆ ਉਹ ਹੀ ਬਹੁਤ ਫੜਿਆ ਗਿਆ ਤੇ ਇਹ ਕੜਾਜ ਕਿਸ ਰੈਂਡ ਗਿਆ ਪੰਸਾਬ ਇਹ ਗੱਲ ਸਮਝਾਓ ਕਿ ਵੀ بارشਾਂ ਤਾਂ ਪੰਜਾਬ ਚ ਜੇ ਬਹੁਤੀਆਂ ਹੋਈਆਂ ਨਹੀਂ ਤੇ ਭਾਖੜਾ ਡੈਮ ਕਹਿੰਦੇ ਵੀ ਬਹੁਤ ਜ਼ਿਆਦਾ ਭਰ ਗਿਆ ਹੈ ਨਕੋ ਨਕ ਭਰਿਆ ਤੇ ਕੁਝ ਪਤਾ ਨਹੀਂ ਕਦੋਂ ਉਥੇ ਗੇਟ ਖੋਲਣ ਤੱਕ ਦੀ ਨੌਬਤ ਆ ਜੀ ਇਹ اچانک ਹੋਈ ਗੱਲ ਲੱਗਦੀ ਹੈ ਜਾਂ ਫਿਰ ਕੁਝ ਹੋਰ ਗੱਲ ਹੈ ਜੀ ਨਹੀਂ ਇਹ ਹਮੇਸ਼ਾ ਹੀ ਸਮੱਸਿਆ ਰਹਿੰਦੀ ਹੈ ਜੇ ਥੋੜਾ ਮੀਂਹ ਘੱਟ ਪਵੇ ਜੀ ਝੀਲ ਪੂਰੀ ਨਾ ਭਰੇਗੇ ਗੋਵਿੰਦ ਸਿੰਘ ਗੁਰਵਾਲ ਕੱਲ ਨੂੰ ਜਦੋਂ ਪਾਣੀ ਦੀ ਲੋਡ ਪੈਣੀ ਆ ਉੱਥੇ ਪਾਣੀ ਘਟ ਜਾਣਾ ਤੇ ਸਾਰਿਆਂ ਨੇ ਆਖਣਾ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਇਹਨਾਂ ਨਿਕਮਾ ਇਹਨਾਂ ਨੇ ਪਤਾ ਕਿ ਪਾਣੀ ਸੰਭਾਲ ਕੇ ਰੱਖਣਾ ਜੀ ਉਹਦੇ ਵਾਸਤੇ ਪਾਣੀ ਭਰਦੇ ਰਹਿੰਦੇ ਆ ਰੋਕ ਰੋਕ ਕੇ ਛੱਡਦੇ ਤੇ ਜੇ ਅਚਾਨਕ ਪਿੱਛੇ ਮੀਂਹ ਪੈ ਜਾਏ ਕੈਚਮੈਂਟ ਏਰੀਆ ਚ ਜੀ ਕੈਚਮੈਂਟ ਏਰੀਆ ਹੁੰਦਾ ਕਿ ਜਿੱਦਾਂ ਹੱਥ ਆ ਇਧਰੋਂ ਇੱਕ ਡਰੇਨ ਆ ਗਈ ਇੱਕ ਇਧਰੋਂ ਆ ਗਈ ਇੱਕ ਇਧਰੋਂ ਆ ਗਈ ਸਾਰੀਆਂ ਆ ਕੇ ਥੱਲੇ ਚੀਜ਼ ਜੀ ਕੱਟੀਆਂ ਹੁੰਦੀਆਂ ਆ ਉਹਪਰਲਾ ਸਾਰਾ ਜਿੰਨੇ ਪਾਸਿਆਂ ਤੋਂ ਡਰੇਨਾ ਆਉਂਦੀਆਂ ਨੇ ਜੀ ਕਿਸੇ ਪਾਸੇ ਛੋਟਾ ਨਾਲਾ ਕਿਸੇ ਪਾਸੇ ਵੱਡਾ ਨਾਲਾ ਪਹਾੜੀ ਨਾਲੇ ਸਾਰੇ ਪਾਣੀ ਇਕੱਠਾ ਕਰਕੇ ਲਿਆਉਂਦੇ ਆ ਉਹ ਸਾਰਾ ਕੈਚਮੈਂਟ ਏਰੀਆ ਹੁੰਦਾ ਜੀ ਜੇ ਉਹਦੇ ਚ ਇੱਕਦਮ ਮੀਂਹ ਪੈ ਜਾਂਦੇ ਆ ਝੀਲ ਵਿੱਚ ਪਾਣੀ ਦਾ ਪੱਧਰ ਵੱਧ ਜਾਂਦਾ ਪਿਛਲੇ ਦਿਨਾਂ ਵਿੱਚ ਗਰਮੀ ਪਈ ਆ ਲੋਹੜੇ ਦੀ ਜੀ ਗਰਮੀ ਪਹਿਲਾਂ ਲੇਟ ਆਈ ਜਦੋਂ ਆਈ ਤੇ ਫਿਰ ਬਹੁਤ ਜ਼ਿਆਦੀ ਇੱਕਦਮ ਪਈ ਜਦੋਂ ਗਰਮੀ ਇੱਕਦਮ ਪੈਂਦੀ ਆ ਤੇ ਫਿਰ ਪਹਾੜ ਦੇ ਉੱਤੇ ਜਿਹੜੇ ਬਰਫ਼ ਦੇ ਗਲੇਸ਼ੀਅਰ ਨੇ ਉਹ ਪਿਗਲਨੇ ਸ਼ੁਰੂ ਹੋ ਜਾਂਦੇ ਆ ਜੀ ਉਹ ਪਿਗਲਦੇ ਆ ਉਹਨਾਂ ਦਾ ਪਾਣੀ ਵੰਡਦਾ ਪਾਣੀ ਵੜ ਕੇ ਥੱਲੇ ਨਦੀ ਨਾਲਿਆਂ ਚੋਂਦਾ ਹੌਲੀ-ਹੌਲੀ ਉਹ ਸਾਰਾ ਇਕੱਠਾ ਹੋ ਕੇ ਇਹਨਾਂ ਝੀਲਾਂ ਚੋਂਦਾ ਸਭ ਤੋਂ ਵੱਡੀ ਝੀਲ ਤਾਂ ਸਾਡੀ ਇਹੋ ਹੀ ਆ ਪਖੜੇ ਵਾਲੀ ਇੱਥੇ ਆਉਂਦਾ ਹੁਣ 2 ਦਿਨ ਪਹਿਲਾਂ ਤੱਕ ਤਾਂ ਅੱਤ ਦੀ ਗਰਮੀ ਪੈ ਰਹੀ ਸੀ ਤੇ ਜਿਹੜਾ ਗਲੇਸ਼ੀਅਰ ਦੇ ਉੱਤੇ ਬਰਫ਼ ਪਿਗਲ ਕੇ ਪਾਣੀ ਬਣਿਆ ਸੀ ਉਹ ਅਜੇ ਆਉਂਦਾ ਪਿਆ ਸੀ ਜੀ ਇੱਕਦਮ ਨਾਲ ਬਰਸਾਤ ਸ਼ੁਰੂ ਹੋ ਗਈ ਉਹ ਵੀ ਪਾਣੀ ਰਲ ਗਿਆ ਇਹ ਵੀ ਰਲ ਗਿਆ ਪਰਸੋਂ ਤੱਕ ਇਹਦੇ ਆਪਣੇ ਲੈਵਲ ਤੋਂ ਜਿਹੜਾ ਖਤਰੇ ਵਾਲਾ ਲੈਵਲ ਆ ਉਹਦੇ ਤੋਂ ਸ਼ਾਇਦ 120 ਫੁੱਟ ਨੀਵਾਸੀ ਜੀ 120 ਫੁੱਟ ਬਹੁਤ ਹੁੰਦੇ ਆ ਜੀ ਪਰ ਦੂਜਾ ਪੱਖ ਵੀ ਅਸੀਂ ਵੇਖੀਏ ਕਿ ਇਹਦਾ ਜਿਹੜਾ ਝੀਲ ਦਾ ਪੱਧਰ ਆ ਥੱਲਿਓਂ ਜੜ ਤੋਂ ਲੈ ਕੇ ਉੱਪਰ ਤੱਕ 1680 ਫੁੱਟ ਹੈ ਜੀ ਇੰਨਾ ਮਤਲਬ ਉਚਾਈ ਤੱਕ ਪਾਣੀ ਸੰਭਿਆ ਹੁੰਦਾ ਜਿਹੜਾ 1680 ਫੁੱਟ ਤੱਕ ਆ ਉਹਦੇ ਚ ਹਜੇ ਪਰਸੋ ਤੱਕ ਤੇ ਕਹਿੰਦੇ ਸੀ ਕਿ 120 ਫੁੱਟ ਘਟ ਕੱਲ ਪਤਾ ਲੱਗਾ ਕਿ 100 ਫੁੱਟ ਘਟ ਅੱਜ ਦੁਪਹਿਰ ਤੱਕ ਪਤਾ ਲੱਗਾ ਕਿ ਸਿਰਫ 58 ਫੁੱਟ ਰਹਿ ਗਿਆ ਜੀ ਤੇ ਜੇ ਰਾਤ ਨੂੰ ਹੋਰ ਵੀ ਪੈ ਗਿਆ ਜਿਹੜਾ ਜਾਬਦਾ ਕੇ ਪੈ ਜਾਣਾ ਉਪਰੋਂ ਕੈਚਮੈਂਟ ਏਰੀਆ ਚ ਪਹਾੜਾਂ ਚ ਪਾਣੀ ਆ ਗਿਆ ਤੇ ਫਿਰ ਕਰਨਾ ਕੀ ਪਵੇਗਾ ਜੀ ਡੈਮ ਬਚਾਉਣ ਵਾਸਤੇ ਫਲੱਡ ਗੇਟ ਖੁੱਲਨੇ ਪੈਣਗੇ ਜਦੋਂ ਫਲੱਡ ਗੇਟ ਖੋਲੇ ਤੇ ਅੱਗੇ ਜਾ ਕੇ ਪਾਣੀ ਫਿਰ ਰੋਕਣ ਦੇ ਪ੍ਰਬੰਧ ਕਿੱਥੇ ਆ ਜੀ ਨੰਗਲ ਉਚੀ ਲਪਲਾ ਪਰੇ ਪਈ ਹੈ। ਰੋਪੜ ਫਿਰ ਪਾਖੜਾ ਡੈਮ ਹਰੀਕੇ ਪੱਤਣ ਇਹਨਾਂ ਥਾਵਾਂ ਤੇ ਜਾ ਕੇ ਰੋਕਣਾ ਹੁੰਦਾ। ਹੁਣ ਪਾਣੀ ਇਸ ਵੇਲੇ ਇੱਕਦਮ ਆਇਆ ਤੇ ਆਇਆ ਵੀ ਬਹੁਤ ਜ਼ਿਆਦਾ ਤੇ ਅੱਗੋਂ ਮੌਸਮ ਦਾ ਵਿਭਾਗ ਕਹਿੰਦਾ ਕਿ ਅਗਲੇ 7 ਦਿਨ ਵੀ ਕਾਫੀ ਜ਼ੋਰਦਾਰ ਰਹਿਣਾ। ਜੀ। ਇਹ ਸਮੱਸਿਆ ਅੱਗੇ ਵੀ ਕਈ ਵਾਰੀ ਆਈ ਹੈ ਤੁਸੀਂ 1988 ਦੇ ਹੜ੍ਹਾਂ ਦਾ ਚੇਤਾ ਕਰੋ। ਜੀ। ਉਦੋਂ ਪਹਿਲਾਂ ਕਹਿੰਦੇ ਸੀ ਝੀਲ 'ਚ ਪਾਣੀ ਖਤਮ ਹੋ ਚਲਿਆ। ਪਾਖੜਾ ਬਿਆਸ ਮੈਨੇਜਮੈਂਟ ਬੋਰਡ ਕਰਦਾ ਕੀ? ਫਿਰ ਇੱਕਦਮ ਪਾਣੀ ਉੱਪਰੋਂ ਗਰਮੀ ਨਾਲ ਵੀ ਆ ਗਿਆ ਤੇ ਬਾਰਿਸ਼ਾਂ ਦਾ ਵੀ ਆ ਗਿਆ ਤੇ ਝੀਲ ਚ ਨਾ ਪਾਣੀ ਇਕੱਠਾ ਹੋ ਗਿਆ ਕਿ ਛੱਡਣਾ ਪੈ ਗਿਆ ਜੀ ਫਲੱਡ ਗੇਟ ਛੱਡੇ ਗਏ ਅਜੇ ਪਿਛਲੇ ਮਹੀਨੇ ਵਿੱਚ ਤਾਂ ਛੱਡੇ ਸੀ ਜੀ ਜਦੋਂ ਇੱਕਦਮ ਛੱਡੇ ਗਏ ਤੇ ਅਗਲੇ ਪਾਸੇ ਪਤਾ ਨਾ ਲੱਗਾ ਤੇ ਉਹਡੇ ਗੁਜਰ ਵਿਚਾਰੇ ਸੀ ਉਹਨਾਂ ਦੀਆਂ 100 ਮੱਝਾਂ ਰੁੜ ਗਈਆਂ ਸੀ ਜੀ ਹੁਣ ਐਸ ਵਾਰੀ ਵੀ ਛੱਡਨੇ ਪੈ ਸਕਦੇ ਉਦੋਂ ਜਦੋਂ ਛੱਡੇ ਗਿਆ ਤੇ ਪੰਜਾਬ ਦੇ ਵਿੱਚ ਹੜਾ ਨਾਲ ਜਿਹੜੀ ਹਾਲਤ ਮਾੜੀ ਹੋਈ ਸੀ ਤੁਸੀਂ ਬਾਕੀਆਂ ਨੂੰ ਛੱਡੋ ਆ ਬਿਆਸ ਦਰਿਆ ਦੇ ਉਰਲੇ ਪਾਸੇ ਢਿਲਵਾਂ ਲੱਗੇ ریل ਦਾ ਪੁਲ ਹੁੰਦਾ ਸੀ ਫਲਾਈਓਵਰ ਜੀ ਤੇ ਪਾਣੀ ਦੀ ਡਾਫ ਲੱਗੀ ਤੇ ਉਹ 20 25 ਫੁੱਟ ਉੱਚਾ ਜਿਹੜਾ ਪੁਲ ਸੀ ਉਹਨੂੰ ਹੀ ਚੋੱਕ ਕੇ ਉਹ 50 ਗੱਜ ਦੂਰ ਜਾਲ ਸੁੱਟਿਆ ਸੀ ਉਹਨੇ ਜੀ ਤੇ ਲੋਕੀ ਮੰਨਦੇ ਨਹੀਂ ਸੀ ਕਿ ਐਡੇ ਵੱਡੇ ਪੁਲ ਨੂੰ ਵੀ ਸੁੱਟ ਦੋ ਕਿ ਪਾਣੀ ਜਦੋਂ ਆਉਂਦਾ ਤੇ ਬਹੁਤ ਕੁਝ ਕਰਦਾ ਹੁੰਦਾ ਜੀ ਐਸ ਵਾਰੀ ਇੱਕ ਤਾਂ ਇਹ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਬਹੁਤ ਚੌਕਸੀ ਤੋਂ ਕੰਮ ਲੈਣਾ ਚਾਹੀਦਾ ਪਾਣੀ ਵੀ ਬਚਾਉਣਾ ਚਾਹੀਦਾ ਪਰ ਨਾਲ ਦੀ ਨਾਲ ਇਹ ਵੇਖ ਕੇ ਕਿ ਪਿੱਛੋਂ ਪਾਣੀ ਹੋਰ ਆ ਰਿਹਾ ਜੇ 10 ਫੁੱਟ ਘਟ ਰਹਿ ਜੋ 50 ਫੁੱਟ ਘਟ ਰਹਿ ਜੋ ਹੌਲੀ ਹੌਲੀ ਵੇਖਿਆ ਜਾਊ ਪਰ ਰਿਸਕ ਵੀ ਨਹੀਂ ਲੈਣਾ ਚਾਹੀਦਾ ਉਹਨਾਂ ਨੂੰ ਨਾਲ-ਨਾਲ ਕੋਈ ਨਾ ਕੋਈ ਛਡਣਾ ਵੀ ਪਊ ਪਰ ਲੋਕਾਂ ਨੂੰ ਵੀ ਇਹ ਖਿਆਲ ਰੱਖਣਾ ਚਾਹੀਦਾ ਕਿ ਜਿੱਥੇ-ਜਿੱਥੇ ਅੱਗੇ ਇਹੋ ਜਿਹੇ ਮੌਕੇ ਆ ਤੇ ਨੁਕਸਾਨ ਹੁੰਦਾ ਰਿਹਾ ਜੀ ਉਹਨਾਂ ਥਾਵਾਂ ਤੋਂ ਜਰਾ ਪਾਸਾ ਵੱਟ ਜਣ ਅਬ ਮੋਗੇ ਦੇ ਵਿੱਚ ਕਹਿੰਦੇ 1000 ਏਕੜ ਜ਼ਮੀਨ ਤਾਂ ਪਹਿਲੇ ਪਾਣੀ 'ਚ ਡੁੱਬ ਗਈ ਹੈ ਜੀ ਇਹੋ ਜਿਹੇ ਖਬਰਾਂ ਸਾਨੂੰ ਬਾਜੇ ਤੋਂ ਵੀ ਮਿਲਦੀਆਂ ਨੇ ਜੀ ਇਹੋ ਜਿਹੇ ਖਬਰਾਂ ਆ ਹਰੀਕੇ ਪਤਨ ਤੋਂ ਥੱਲੇ ਵਾਲੇ ਇਲਾਕੇ ਤੋਂ ਵੀ ਮਿਲਦੀਆਂ ਪਈਆਂ ਜਿਹੜੇ ਪਾਸੇ ਨੂੰ ਹਾਲਾਤ ਜਾ ਰਹੇ ਆ ਕੱਲ ਨੂੰ ਪਾਣੀ ਇੱਕਦਮ ਜੇ ਆ ਜਾਵੇ ਤੇ ਸਥਿਤੀ ਵਿਗੜੇ ਨਾ ਇਸ ਕਰਕੇ ਹੁਣ ਤੋਂ ਹੀ ਇਹ ਸਾਰੇ ਪ੍ਰਬੰਧ ਕਰਨੇ ਪੈਣਗੇ ਔਰ ਉਹਨਾਂ ਪ੍ਰਬੰਧਾਂ ਚ ਸਿਰਫ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਨੇ ਪਿੰਡਾਂ ਤੱਕ ਬੈਠੇ ਲੋਕਾਂ ਨੂੰ ਵੀ ਸੂਚਨਾ ਪਹੂਰ ਔਰ ਸ਼ਹਿਰਾਂ ਦੀ ਮੈਨੇਜਮੈਂਟ ਨੂੰ ਵੀ ਸੂਚਨਾ ਪਹੂਕ ਨਾਲੀਆਂ ਦਾ ਗੰਦ ਤੋਹਾ ਸਾਫਤਾ ਨਹੀਂ ਸੀ ਕੀਤਾ ਪਾਣੀ ਆਉਣ ਵਾਲਾ ਜੇ ਤੇ ਜੇ ਕਬੂਤਰ ਅੱਖਾਂ ਮਿੱਟਲੇ ਬਿੱਲੀ ਪਿੱਛੇ ਨਹੀਂ ਮੁੜ ਜਾਂਦੀ ਹੁੰਦੀ ਬਿੱਲੀ ਤੁਰ ਹੀ ਆਉਂਦੀ ਹੈ ਜੀ ਅਜਾਪਨ ਸਭ ਈਰਾਨ ਤੇ ਅਮਰੀਕਾ ਦਾ ਜਿਹੜਾ ਰੌਲਾ ਸੀਗਾ ਜੀ ਡਰੋਨ ਸੁੱਟਣ ਤੋਂ ਪਿਆ ਉਹਦੇ ਤੇ ਹੁਣ ਮੇਰਾ ਖਿਆਲ ਹੈ ਈਰਾਨ ਨੇ ਇੱਕ ਤਰ੍ਹਾਂ ਨਾਲ ਕਹਾਂ ਲੋਕ ਵੀ ਥੋੜਾ ਝੁਕਣ ਦੀ ਕੋਸ਼ਿਸ਼ ਕੀਤੀ ਹੈ ਉਸ ਬਿਆਨ ਦੇ ਨਾਲ ਜਿਹਦੇ ਚ ਉਹਨੇ ਕਿਹਾ ਕਿ ਵੀ ਅਸੀਂ ਗੱਲ ਕਰਨ ਨੂੰ ਤਿਆਰ ਆ ਪਰ ਸਾਡੀ ਸ਼ਰਤ ਇਹ ਆ ਵੀ ਪਹਿਲਾਂ ਸਾਡੇ ਤੋਂ ਪਾਬੰਦੀਆਂ ਹਟਾਓ ਇਹਦੇ ਕੀ ਮayne ਕੱਢੀਏ ਗੁਰਪ੍ਰੀਤ ਜੀ ਰੌਲਾ ਅਸਲ ਤੇ ਡ੍ਰੋਨ ਸੁੱਟਣ ਤੋਂ ਨਹੀਂ ਪਿਆ ਜੀ ਰੌਲਾ ਤੇ ਉਦੋਂ ਪੈ ਗਿਆ ਜਦੋਂ ਪਿਛਲੇ ਸਾਲ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇੱਕ ਤਰਫਾ ਤੌਰ ਤੇ ਇਰਾਨ ਨਾਲ ਐਟਮੀ ਸਮਝੌਤਾ ਤੋੜਤਾ ਜੀ ਸੌਰੀ ਡੋਨਾਲਡ ਟਰੰਪ ਨੇ ਜੀ ਜੀ ਡੋਨਾਲਡ ਟਰੰਪ ਨੇ ਸਮਝੌਤਾ ਤੋੜਤਾ ਤੋੜਿਆ ਇਸ ਕਰਕੇ ਕਿ ਮੇਰੇ ਤੋਂ ਪਹਿਲਾਂ ਬਰਾਕ ਓਬਾਮਾ ਕਰਕੇ ਗਿਆ ਸੀ ਮੈਂ ਉਹਦੀਆਂ ਬਾਕੀ ਚੀਜ਼ਾਂ ਤੋੜੀਆਂ ਤਿਆ ਕਿ ਚੀ ਜ ਰਹੀ ਤੇ ਇੱਕ ਅੰਦਾ ਛੱਡ ਦਿਆ ਇਹ ਵੀ ਉਹਨੇ ਤੋੜਤਾ ਰੂਸ ਚੀਨ ਬ੍ਰਿਟਾਨੀਆ ਜਰਮਨੀ ਫਰਾਂਸ ਵਾਲੇ ਸਾਰੇ ਕੰਦਰ ਨਾਇਕ ਕੰਮ ਕਰ ਉਹਨੇ ਕਰਤਾ ਉਹਦੇ ਕਰਨ ਤੋਂ ਬਾਅਦ ਜਿਹੜੇ ਬ੍ਰਿਟਾਨੀਆ ਦੇ ਰਾਜਦੂਤ ਦਾ ਰੌਲਾ ਪੈਂਦਾ ਕਿ ਉਹਨੇ ਈਮੇਲ ਭੇਜੀ ਤੇ ਡੋਨਲਡ ਟਰੰਪ ਦੇ ਖਿਲਾਫ ਆਈ ਤੇ ਉਹਨੂੰ ਅਹੁਦਾ ਛੱਡਣਾ ਪੈ ਗਿਆ ਉਸ ਈਮੇਲ ਚ ਇਹੋ ਹੀ ਗੱਲਾਂ ਸੀ ਸਾਰੀਆਂ ਉਹਦੇ ਵਿੱਚ ਦੱਸਿਆ ਗਿਆ ਸੀ ਇਹਨੇ ਸਮਝੌਤਾ ਇਸ ਕਰਕੇ ਨਹੀਂ ਤੋੜਿਆ ਕਿ ਅਮਰੀਕਾ ਦੀ ਲੋੜ ਹੈ ਜਾਂ ਦੀ ਲੋੜ ਹੈ ਸਮਝੌਤਾ ਇਸ ਕਰਕੇ ਤੋੜਿਆ ਕਿ ਇਹਨੂੰ ਬਰਾਕ ਓਬਾਮਾ ਪਿਛਲੇ ਰਾਸ਼ਟਰਪਤੀ ਨਾਲ ਚਿੜ ਬਹੁਤ ਸੀ ਤੇ ਜੇ ਚਿੜ ਕੱਢਣ ਵਾਸਤੇ ਇਸ ਤਰ੍ਹਾਂ ਦਾ ਬਚਕਾਨਾ ਕੰਮ ਕੀਤਾ ਉਹਦੇ ਚ ਸਬੰਧ ਵਿਗੜੇ ਫਿਰ ਇਹਨਾਂ ਨੇ ਈਰਾਨ ਦੇ ਉੱਪਰ ਡਰੋਨ ਭੇਜ ਕੇ ਜਸੂਸੀ ਕਰਨੀ ਚਾਹੀ ਤੇ ਉਹਨਾਂ ਡਰੋਨ ਸੁੱਟ ਲਿਆ ਔਰ ਡਰੋਨ ਵੀ ਐਡਾ ਵੱਡਾ ਕਿ ਜਿਹੜੇ ਆ 3-300 ਸਵਾਰੀਆਂ ਲਿਜਾਣ ਵਾਲੇ ਵੱਡੇ ਜਹਾਜ਼ ਆ ਉਹਨਾਂ ਦੇ ਖੰਭਾਂ ਨਾਲੋਂ ਵੱਡੇ ਖੰਭ ਆ ਉਹਦੇ ਉਹ ਦੇਖ ਲਿਆ ਉਹਨਾ ਟੈਨਸ਼ਨ ਬਹੁਤ ਵੱਧ ਗਈ ਉਨ ਦੁਨੀਆ ਦੀਆਂ ਕਈ ਤਾਕਤਾਂ ਲੱਗੀਆਂ ਨੇ ਕਿ ਇਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਤਣਾਅ ਘਟਾਇਆ ਜਾਵੇ ਜੀ ਤਣਾਅ ਘਟਾਉਣ ਵਾਸਤੇ ਕੀ ਤਰੀਕਾ ਹੋ ਸਕਦਾ ਜੇ ਆਖਣ ਕਿ ਈਰਾਨ ਬਿਲਕੁਲ ਇਹਨਾਂ ਦੇ ਅੱਗੇ ਝੁਕ ਜਾਵੇ ਤੇ ਝੁਕਦਾ ਤਾਂ ਕੋਈ ਵੀ ਨਦਾਜ਼ਕਾ ਸੈਲਫ ਸਪੈਕਟ ਤੇ ਹਰ ਇੱਕ ਨੂੰ ਪਿਆਰੀ ਹੈ ਜੀ ਬੜੇ ਲੋਕ ਆ ਜਿਹੜੇ ਕਹਿੰਦੇ ਮਰ ਜਾਵਾਂਗੇ ਝੁਕਾਂਗੇ ਨਹੀਂ ਉਹ ਝੁਕੂਗਾ ਨਹੀਂ ਦੂਸਰਾ ਤਰੀਕਾ ਫਿਰ ਕੀ ਹੈ ਈਰਾਨ ਤੱਕ ਪਹੁੰਚ ਕੀਤੀ ਗਈ ਬ੍ਰਿਟਾਨੀਆ ਨੇ ਕੁਝ ਹੋਰ ਦੇਸ਼ਾਂ ਨੇ ਵੀ ਕੀਤੀ ਉਹਨੇ ਅਖਿਆ ਜੀ ਅਸੀਂ ਗੱਲ ਕਰਨ ਨੂੰ ਤਿਆਰ ਆ ਡੋਨਲਡ ਟਰੰਪ ਨੂੰ ਆਖ ਕੋ ਪਾਬੰਦੀਆਂ ਝੁਕਲੇ ਆਜੇ ਵੀ ਗੱਲ ਕਰ ਲੈਨੇ ਆ ਜਿੱਥੇ ਤੁਸੀਂ ਆਖੋ ਅਸੀਂ ਆ ਜੰਨੇ ਆ ਪਰ ਪਹਿਲੀ ਗੱਲ ਇਹ ਆ ਕਿ ਉਹ ਪਾਬੰਦੀਆਂ ਚੁੱਕੇ ਜੀ ਹੁਣ ਜੇ ਐਸ ਸਟੇਜ ਤੇ ਆ ਕੇ ਉਹ ਪਾਬੰਦੀਆਂ ਚੁੱਕਦਾ ਉਹਨੇ ਜਿਹੜੀ ਦੂਸਰੀ ਚੋਣ ਲੜਨੀ ਹੈ ਅਗਲੇ ਸਾਲ ਰਾਸ਼ਟਰਪਤੀ ਦੀ ਉਹਦੀ ਚੋਣ ਤੇ ਅਸਰ ਪੈਂਦਾ ਲੋਕੀ ਕਹਣਗੇ ੜਕਾ ਬੜਕਾ ਤੇ ਬੜੀਆਂ ਮਾਰਦਾ ਸੀ ਤੇ ਮੁਣਕੇ ਤੋਂ ਡਰ ਵੀ ਗਏ ਪਿੱਛੇ हट ਗਏ ਤੇ ਜੇ ਉਹ ਨਹੀਂ ਚੁੱਕਦਾ ਤੇ ਟਕਰਾਵ ਵਧ ਹੀ ਜਾਂਦਾ ਦੋਵਾਂ ਹਾਲਤਾਂ ਦੇ ਵਿੱਚ ਨਿਰਪਰ ਇਸ ਗੱਲ ਤੇ ਕਰੇਗਾ ਕਿ ਜਿਹੜਾ ਡੋਨਲਡ ਟਰੰਪ ਆ ਆਪਣੇ ਚੋਣ ਦੀਆਂ ਰਾਜਨੀਤਿਕ ਲੋੜਾਂ ਸੋਚ ਕੇ ਫੈਸਲਾ ਕਰਦਾ ਜਾਂ ਦੁਨੀਆ ਦੇ ਵੱਡੇ ਹਿੱਤਾਂ ਵਲ ਵੇਖਦਾ ਜੇ ਵੱਡੇ ਹਿੱਤਾਂ ਵਲ ਵੇਖੇ ਤੇ ਉਹਨੂੰ ਇਹ ਪਾਬੰਦੀਆਂ ਚੁੱਕ ਕੇ ਸਮਝੌਤੇਦਾਰਾ ਇੱਕ ਵਾਰੀ ਫਿਰ ਕੱਢਣਾ ਚਾਹੀਦਾ ਹੋਰ ਕੋ ਰਸਤਾ ਨਹੀਂ ਰਹਿਗਾ ਜੀ ਆਖਰੀ ਸਵਾਲ ਪੁੱਛਣਾ ਸਰ ਮੈਂ ਪਾਕਿਸਤਾਨ ਬਾਰੇ ਸਬੰਧਤ ਪੁੱਛਣਾ ਚਾਹ ਰਾ ਕਿ ਪਾਕਿਸਤਾਨ ਨੇ ਆਪਣਾ ਜਿਹੜਾ ਮਤਲਬ ਕਹੋ ਕਿ ਅਸਮਾਨ ਸੀਗਾ ਜਹਾਜ਼ਾਂ ਦੀ ਆਵਾਜਾਈ ਦੇ ਲਈ ਹਵਾਈ ਖੇਤਰ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਬੰਦ ਕੀਤਾ ਸੀ ਤੇ ਹੁਣ ਖਬਰ ਇਹ ਆਉਂਦੀ ਆ ਵੀ ਉਹਨਾਂ ਨੇ ਸ਼ਾਇਦ ਉਹ ਖੋਲ ਦਿੱਤਾ ਜੀ ਇਹਨਾਂ ਦੇ ਇਸਨੇ ਉਹ ਬੰਦ ਕਿਉਂ ਕੀਤਾ ਸੀ ਤੇ ਹੁਣ ਖੋਲਣ ਦੀ ਲੋੜ ਕਿਉਂ ਪੈ ਗਈ ਬੰਦ ਅੱਗੇ ਵੀ ਕਈ ਵਾਰ ਕੀਤਾ ਜਦੋਂ ਸਾਡੇ ਪਾਰਲੀਮੈਂਟ ਦੇ ਉੱਤੇ ਹਮਲਾ ਹੋਇਆ ਸਾਡੇ ਕੁਝ ਇਸ ਤਰ੍ਹਾਂ ਦੇ ਹਮਲੇ ਹੋਏ ਸਨ ਵਾਜਪਾਈ ਸਰਕਾਰ ਸੀ ਜੀ ਉਦੋਂ ਵੀ ਭਾਰਤ ਵਾਲਿਆਂ ਨੇ ਪਾਕਿਸਤਾਨੀ ਜਹਾਜ਼ਾਂ ਦਾ ਉੱਪਰੋਂ ਲੰਘਣਾ ਬੰਦ ਕਰਤਾ ਸੀ ਤੇ ਉਹਨਾਂ ਨੇ ਸਾਡਿਆਂ ਦਾ ਲੰਘਣਾ ਬੰਦ ਕਰਤਾ ਸੀ ਪਰ ਇੱਕ ਫਰਕ ਸੀ ਉਹਨਾਂ ਨੇ ਭਾਰਤ ਦੀ 에ਅਰ ਇੰਡੀਆ ਤੇ ਭਾਰਤ ਦੀਆਂ ਹੋਰ ਪ੍ਰਾਈਵੇਟ 에ਅਰਲਾਈਨਾਂ ਰੋਕੀਆਂ ਸੀ ਜਿਹੜੇ ਦੁਨੀਆਂ ਦੇ ਬਾਕੀ ਜਹਾਜ਼ ਆਉਂਦੇ ਸੀ ਉਹ ਉਹਦੇ ਉੱਪਰ ਤੇ ਲੰਘ ਕੇ ਆ ਜਾਂਦੇ ਸੀ ਜੀ ਇਸ ਤਰੀ ਹਾਲਾਤ ਇੰਨੇ ਬਦਲ ਗਏ ਪਰਵਰੀ ਦੇ ਵਿੱਚ ਪਲਵਾਮਾ ਚ ਸਾਡੇ ਸੀਆਰਪੀ ਦੇ ਕਾਫਲੇ ਤੇ ਹਮਲਾ ਹੋਇਆ 40 ਜਵਾਨ ਮਾਰੇ ਗਏ। ਉਹਨਾਂ ਦੇ ਬਾਰੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਚ ਤਣਾਅ ਪੈਦਾ ਹੋਇਆ ਫਿਰ ਭਾਰਤ ਸਰਕਾਰ ਨੇ ਬਾਲਾਕੋਟ ਦੇ ਵਿੱਚ ਇਸਟਾਈਕ ਕੀਤੀ। ਫਿਰ ਉਹਨਾਂ ਜਵਾਬ ਦੇਣ ਦਾ ਯਤਨ ਕੀਤਾ ਤੇ ਜਹਾਜ਼ਾਂ ਦੀ ਉੱਪਰ ਡੌਗ ਫਾਈਟ ਹੋਈ। ਜੀ। ਉਹ ਡੌਗ ਫਾਈਟ ਤੋਂ ਬਾਅਦ ਹਾਲਾਤ ਫਿਰ ਵਿਗੜ ਗਏ। ਫਿਰ ਪਾਕਿਸਤਾਨ ਨੇ ਆਪਣਾ ਸਕਾਈ ਟੋਟਲੀ ਬੈਨ ਕਰ ਦਿੱਤਾ ਕਿ ਇਹਦੇ ਉੱਪਰ ਦੀ ਕੋਈ ਜਹਾਜ਼ ਲੰਗੇਗਾ ਨਹੀਂ। ਜੀ। ਮੈਂ ਜਿਹੜੇ ਜਹਾਜ਼ ਤੇ ਗਿਆ ਸੀ ਤੇ ਜਿਹੜੇ ਤੇ ਵਾਪਸ ਆਇਆ ਉਹ ਦੋਵੇਂ ਮਰੀ ਜਾਜ ਜਾਣਾ ਤੇ ਇਸੇ ਰਸਤੇ ਸੀ ਦੇ ਉੱਪਰ ਦੀ ਸੀ ਪਰ ਇਹਦੇ ਉੱਪਰ ਤੇ ਨਹੀਂ ਗਿਆ ਉਹ ਪਿੱਛੋਂ ਇਰਾਕ ਦੇ ਕੋਲੇ ਪਰੇ ਪਰੇ ਸਾਊਦੀ ਅਰਬ ਵੱਲ ਨੂੰ ਹੋ ਗਿਆ ਤੇ ਉਧਰੋਂ ਸਮੁੰਦਰ ਉੱਪਰੋਂ ਦੀ ਘੁੰਮ ਕੇ ਤੇ ਗੁਜਰਾਤ ਵੱਲ ਦੀ ਆ ਕੇ ਰਾਜਸਥਾਨ ਉੱਤੋਂ ਦੀ ਫਿਰ ਦਿੱਲੀ ਪਹੁੰਚਿਆ ਜੀ ਉਹਦੇ ਨਾਲ ਸਾਨੂੰ ਤਕਰੀਬਨ 2 ਘੰਟੇ ਵੱਧ ਲੱਗ ਗਏ ਇਹ ਸਾਰੇ ਜਹਾਜ਼ਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਇਕੱਲੇ 에ਅਰ ਇੰਡੀਆ ਨੇ ਦੂਸਰੀਆਂ ਜਿਹੜੀਆਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਕੰਪਨੀਆਂ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਜੀ ਜੇ ਇਹ ਖੁਰ ਜਾਂਦਾ ਤੇ ਚੰਗੀ ਗੱਲ ਹੈ ਪਰ ਖੋਲਣ ਤੋਂ ਪਹਿਲਾਂ ਪਾਕਿਸਤਾਨ ਨੇ ਸ਼ਰਤ ਲਾਈ ਸੀ ਕਿ ਭਾਰਤ ਸਰਕਾਰ ਜਿਹੜੇ ਇਸ ਬਾਰਡਰ ਦੇ ਨੇੜਲੇ 에어ਪੋਰਟ ਆ ਉਹਨਾਂ 에어ਪੋਰਟ ਤੋਂ 에어ਪੋਰਟਾਂ ਤੋਂ ਆਪਣੇ ਲੜਾਕੂ ਜਹਾਜ਼ ਪਿੱਛੇ ਹਟਾ ਲਏ ਸੀ ਤਾਂ ਸਿਕਾਈ ਦੀ ਖੋਲ ਦੇਾਂਗੇ ਆਪਣੇ ਆਕਾਸ਼ ਦੀ ਭਾਰਤ ਸਰਕਾਰ ਨੇ ਤਾਂ ਕੋਈ ਜਵਾਬ ਨਹੀਂ ਦਿੱਤਾ ਇਹਦੇ باوجود ਪਾਕਿਸਤਾਨ ਸਰਕਾਰ ਜੀ ਆਪਣਾ ਅਸਮਾਨ ਖੋਲਣਾ ਮੰਨੀ ਆ ਤੇ ਇਸ ਕਰਕੇ ਕਿ ਉਹਨਾਂ ਦੇ ਆਕਾਸ਼ ਦੀ ਕਲੀ ਗੱਲ ਨਹੀਂ ਉਹ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਕੂਟਨੀਤਿਕ ਤੌਰ ਤੇ ਸੰਸਾਰ ਦੀ ਸੱਤ ਬੜਾ ਬੁਰੀ ਤਰ੍ਹਾਂ ਫਸਿਆ ਪਿਆ ਦੇਸ਼ ਆ ਇਸ ਵੇਲੇ ਰਹਿਮ ਦੇ ਕਾਬਿਲ ਆ ਉਹਨੂੰ ਕਈਆਂ ਗੱਲਾਂ ਤੇ ਝੁਕਣਾ ਪੈ ਰਿਹਾ ਔਰ ਇਸ ਮਾਮਲੇ ਦੇ ਵਿੱਚ ਵੀ ਉਹਨੂੰ ਕਿਉਂਕਿ ਨੁਕਸਾਨ ਕੱਲਾ ਭਾਰਤ ਦਾ ਨਹੀਂ ਸੀ ਹੋ ਰਿਹਾ ਬਾਕੀਆਂ ਦਾ ਵੀ ਹੋ ਰਿਹਾ ਸੀ ਸਾਰੀ ਦੁਨੀਆ ਦੇ ਉਸ ਦਬਾਅ ਅਗੇ ਉਹਨੂੰ ਝੁਕਣਾ ਪਿਆ ਜੋ ਵੀ ਹੋਵੇ ਫੈਸਲਾ ਇਹ ਚੰਗਾ ਹੋਇਆ ਦੇਰ ਆਏ ਦਰੁਸਤ ਆਇਦ ਇਹਦੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਸੁਧਾਰਨ ਵਾਲੇ ਪਾਸੇ ਵੀ ਗੱਲ ਵੱਧ ਸਕਦੀ ਆ ਅਸੀਂ ਆਸ ਰੱਖੀਏ ਕਿ ਆਉਣ ਵਾਲੇ ਸਮੇਂ 'ਚ ਇਹ ਕਟੜਨਾ ਘਟਣਗੇ ਤੇ ਦੋਵੇਂ ਦੇਸ਼ ਇੱਕ ਦੂਸਰੇ ਦੇ ਨੇੜੇ ਆਉਣਗੇ ਨੇੜੇ ਆਉਣਾ ਇਹ ਦੋਵਾਂ ਦੇਸ਼ਾਂ ਦੇ ਭਲੇ 'ਚ ਆ ਪਟਕਰਾ ਉਧਰੋਂ ਚਿਰੋਂ ਦਾ ਸੀ ਭਾਰਤ ਤੋਂ ਲੋ ਨੇ ਇਸ ਕਰਕੇ ਜੇ ਸੁਖਾਵੇਂ ਪਣ ਦੀ ਵੀ ਸ਼ੁਰੂਆਤ ਉਧਰ ਹੋਈ ਹੈ ਤੇ ਚੰਗਾ ਹੋਇਆ ਜੀ ਤੁਹਾਨੂੰ ਸਭ ਤੁਸੀਂ ਆਏ ਸਮਾਂ ਕੱਢਿਆ ਤੁਹਾਡਾ ਬਹੁਤ ਧੰਨਵਾਦ ਜੀ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਅਪਾ ਇੱਥੇ ਸਮਾਪਤ ਕਰਦੇ ਹਾਂ ਜੀ ਹੁਣ ਦਿਓ ਇਜਾਜ਼ਤ ਗੁਰਪ੍ਰੀ ਸੰਧਾ ਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ